पहली बार होया कि मैनू पार्टी ने सस्पेंड किया ते लोकां ने मुबारकां दित्तियां। इस तरीके नाल लीडर दी क्रेडिबिलिटी डाउन हुंदी है, एक पार्टी तो दूजी पार्टी च चले जाणा। ना मेरा नहीं ख्याल, तुहानूं सिद्धू एक मेरा सवाल है, हां लोग विश्वास किवें करनगे किस चीज ते? जिवें तुसीं पहला कांग्रेस च फिर जीत महिंदर ते विश्वास करनगे, इन्ना मैनूं पूरा भरोसा है। जीत महिंदर ते विश्वास करनगे, गुरु महाराज दी कृपा है, जिन्नी क सियासत लोकां दी सेवा पिछले 27-28 साल कीती है, बेदाग कीती है। कोई कह दे कि जीत महिंदर दे उल्ट आ इल्जाम है, मैं देंदा। बस यही एक खुशी है, यही एक सैटिस्फैक्शन है कि अज तक 25-26 साल तो वध समा इको हल्के च रह के कम कीता होवे ਤਾਂ ਅੱਜ ਵੀ ਵੱਡੀ ਗਿਣਤੀ ਵਿੱਚ ਲੋਕੀ ਤੁਹਾਡੇ ਨਾਲ ਜਾਓਗੇ ਜਾਓਗੇ ਹਲਕਿਆਂ ਦੇ ਵਿੱਚ? ਹਾਂ ਜਾਵਾਂਗੇ, ਸਾਰੇ ਜਾਵਾਂਗੇ। ਲੋਕਾਂ ਨੂੰ ਜਵਾਬ ਦੇ ਹੈਗੇ ਹੋ? ਹਾਂ ਹੈਗਾ। ਕੌਣ ਛੱਡੀ ਪਾਰਟ? ਹਾਂ ਹੈਗਾ, ਬਿਲਕੁਲ ਹੈਗਾ। ਅਕਾਲੀ ਦਲ ਵਾਲੇ ਪੁੱਛਣਗੇ, ਨਹੀਂ ਨਹੀਂ ਕੌਣ ਪੁੱਛੂਗਾ ਅਕਾਲੀ ਦਲ ਵਾਲੇ? ਮੈਂ ਤਾਂ ਵਰਕਰਾਂ ਦੀ ਗੱਲ ਕਰਦਾ। ਕਿਹੜਾ ਵਰਕਰ? ਕਿਹੜੇ ਪਾਰਟੀ ਦਾ ਵਰਕਰ? ਕਿਸੇ ਵਰਜੀ ਪਾਰਟੀ ਦਾ, ਕਾਂਗਰਸ ਦਾ ਵੀ ਹੋ ਸਕਦਾ ਹੈ। ਕਾਂਗਰਸ ਦਾ ਕੀ ਕੋਈ? ਕਾਂਗਰਸ ਤਾਂ ਵੈਲਕਮ ਕਰ ਰਹੇ ਨੇ ਜੀ, ਜਿੱਦਣ ਤੋਂ ਮੈਂ ਜੁਆਇਨ ਕੀਤਾ ਹੈ। ਸਮਾਂ ਕਿ ਪਹਿਲੀ ਵਾਰ ਹੋਇਆ ਕਿ ਮੈਨੂੰ ਪਾਰਟੀ ਨੇ ਸਸਪੈਂਡ ਕੀਤਾ ਤੇ ਲੋਕਾਂ ਨੇ ਮੁਬਾਰਕਾਂ ਦਿੱਤੀਆਂ। ਮੈਂ ਬੜਾ, ਮੈਂ ਕਿਹਾ ਯਾਰ ਮੈਨੂੰ ਤਾਂ ਸਸਪੈਂਡ ਕਰਤਾ। ਕਹਿੰਦਾ ਜੀ ਚੰਗਾ ਕੀਤਾ, ਤੁਹਾਡੀ ਕਦਰ ਨਹੀਂ ਕੀਤੀ ਇਸ ਪਾਰਟੀ ਨੇ। ਇੱਥੇ ਤੱਕ ਫੋਨ ਮੈਨੂੰ ਹਲੇ ਤੱਕ ਫੋਨ ਨਹੀਂ ਬੰਦ ਹੋਏ ਆਉਣੇ ਮੁਬਾਰਕਬਾਦ ਦੇ। ਕਾਂਗਰਸ ਪਾਰਟੀ ਤਾਂ ਖੁਸ਼ ਹੈ ਇਸ ਚੀਜ਼ 'ਚ, ਲੀਡਰ ਸਾਹਿਬਾਨ ਖੁਸ਼ ਨੇ, ਸਰਪੰਚ ਪੰਚ ਖੁਸ਼ ਨੇ ਕਿ ਜੀਤ ਮਹਿੰਦਰ ਮੁੜ ਦੁਬਾਰਾ ਕਾਂਗਰਸ 'ਚ ਆਇਆ, ਸਾਨੂੰ ਬਲ ਮਿਲਿਆ। ਅਸੀਂ ਐਡ ਹੀ ਕੀਤਾ ਕਾਂਗਰਸ 'ਚ, ਕੋਈ ਘਟਾਇਆ ਤਾਂ ਨਹੀਂ, ਅਕਾਲੀ ਦਲ 'ਚ ਘਟਿਆ। ਇੱਕ ਗੱਲ ਦੱਸੋ ਨਿੱਜੀ ਤੌਰ 'ਤੇ, ਇਸ ਤਰੀਕੇ ਨਾਲ ਲੀਡਰ ਦੀ ਕ੍ਰੈਡਿਬਿਲਿਟੀ ਡਾਊਨ ਹੁੰਦੀ ਹੈ, ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਚਲੇ ਜਾਣਾ? ਨਾ ਮੇਰਾ ਨਹੀਂ ਖਿਆਲ 'ਚ, ਮੇਰਾ ਨਹੀਂ ਖਿਆਲ, ਬੰਦੇ ਬੰਦੇ 'ਤੇ ਡਿਪੈਂਡ ਕਰ। ਤੁਹਾਨੂੰ ਸਿੱਧੂ ਇੱਕ ਮੇਰਾ ਸਵਾਲ ਹੈ, ਹਾਂ ਲੋਕ ਵਿਸ਼ਵਾਸ ਕਿਵੇਂ ਕਰਨਗੇ ਕਿਸ ਚੀਜ਼ 'ਤੇ? ਜਿਵੇਂ ਤੁਸੀਂ ਪਹਿਲਾਂ ਕਾਂਗਰਸ 'ਚ ਫਿਰ ਜੀਤ ਮਹਿੰਦਰ 'ਤੇ ਵਿਸ਼ਵਾਸ ਕਰਨਗੇ, ਇੰਨਾ ਮੈਨੂੰ ਪੂਰਾ ਭਰੋਸਾ ਹੈ। ਜੀਤ ਮਹਿੰਦਰ 'ਤੇ ਵਿਸ਼ਵਾਸ ਕਰਨਗੇ, ਗੁਰੂ ਮਹਾਰਾਜ ਦੀ ਕਿਰਪਾ ਹੈ, ਜਿੰਨੀ ਕੁ ਸਿਆਸਤ ਲੋਕਾਂ ਦੀ ਸੇਵਾ ਪਿਛਲੇ 27-28 ਸਾਲ ਕੀਤੀ ਹੈ, ਬੇਦਾਗ ਕੀਤੀ ਹੈ। ਕੋਈ ਕਹਿ ਦੇ ਕਿ ਜੀਤ ਮਹਿੰਦਰ ਦੇ ਉਲਟ ਆ ਇਲਜ਼ਾਮ ਹੈ, ਮੈਂ ਦੇਂਦਾ। ਬਸ ਇਹੀ ਇੱਕ ਖੁਸ਼ੀ ਹੈ, ਇਹੀ ਇੱਕ ਸੈਟਿਸਫੈਕਸ਼ਨ ਹੈ ਕਿ ਅੱਜ ਤੱਕ 25-26 ਸਾਲ ਤੋਂ ਵੱਧ ਸਮਾਂ ਇੱਕੋ ਹਲਕੇ 'ਚ ਰਹਿ ਕੇ ਕੰਮ ਕੀਤਾ ਹੋਵੇ, ਤਾਂ ਅੱਜ ਵੀ ਵੱਡੀ ਗਿਣਤੀ ਵਿੱਚ ਲੋਕੀ ਤੁਹਾਡੇ ਨਾਲ ਜਾਓਗੇ ਜਾਓਗੇ ਹਲਕਿਆਂ ਦੇ ਵਿੱਚ? ਹਾਂ ਜਾਵਾਂਗੇ, ਸਾਰੇ ਜਾਵਾਂਗੇ। ਲੋਕਾਂ ਨੂੰ ਜਵਾਬ ਦੇ ਹੈਗੇ ਹੋ? ਹਾਂ ਹੈਗਾ। ਕੌਣ ਛੱਡੀ ਪਾਰਟ? ਹਾਂ ਹੈਗਾ, ਬਿਲਕੁਲ ਹੈਗਾ। ਅਕਾਲੀ ਦਲ ਵਾਲੇ ਪੁੱਛਣਗੇ, ਨਹੀਂ ਨਹੀਂ ਕੌਣ ਪੁੱਛੂਗਾ ਅਕਾਲੀ ਦਲ ਵਾਲੇ? ਮੈਂ ਤਾਂ ਵਰਕਰਾਂ ਦੀ ਗੱਲ ਕਰਦਾ। ਕਿਹੜਾ ਵਰਕਰ? ਕਿਹੜੇ ਪਾਰਟੀ ਦਾ ਵਰਕਰ? ਕਿਸੇ ਵਰਜੀ ਪਾਰਟੀ ਦਾ, ਕਾਂਗਰਸ ਦਾ ਵੀ ਹੋ ਸਕਦਾ ਹੈ। ਕਾਂਗਰਸ ਦਾ ਕੀ ਕੋਈ? ਕਾਂਗਰਸ ਤਾਂ ਵੈਲਕਮ ਕਰ ਰਹੇ ਨੇ ਜੀ, ਜਿੱਦਣ ਤੋਂ ਮੈਂ ਜੁਆਇਨ ਕੀਤਾ ਹੈ। ਸਮਾਂ ਕਿ ਪਹਿਲੀ ਵਾਰ ਹੋਇਆ ਕਿ ਮੈਨੂੰ ਪਾਰਟੀ ਨੇ ਸਸਪੈਂਡ ਕੀਤਾ ਤੇ ਲੋਕਾਂ ਨੇ ਮੁਬਾਰਕਾਂ ਦਿੱਤੀਆਂ। ਮੈਂ ਬੜਾ, ਮੈਂ ਕਿਹਾ ਯਾਰ ਮੈਨੂੰ ਤਾਂ ਸਸਪੈਂਡ ਕਰਤਾ। ਕਹਿੰਦਾ ਜੀ ਚੰਗਾ ਕੀਤਾ, ਤੁਹਾਡੀ ਕਦਰ ਨਹੀਂ ਕੀਤੀ ਇਸ ਪਾਰਟੀ ਨੇ। ਇੱਥੇ ਤੱਕ ਫੋਨ ਮੈਨੂੰ ਹਲੇ ਤੱਕ ਫੋਨ ਨਹੀਂ ਬੰਦ ਹੋਏ ਆਉਣੇ ਮੁਬਾਰਕਬਾਦ ਦੇ। ਕਾਂਗਰਸ ਪਾਰਟੀ ਤਾਂ ਖੁਸ਼ ਹੈ ਇਸ ਚੀਜ਼ 'ਚ, ਲੀਡਰ ਸਾਹਿਬਾਨ ਖੁਸ਼ ਨੇ, ਸਰਪੰਚ ਪੰਚ ਖੁਸ਼ ਨੇ ਕਿ ਜੀਤ ਮਹਿੰਦਰ ਮੁੜ ਦੁਬਾਰਾ ਕਾਂਗਰਸ 'ਚ ਆਇਆ, ਸਾਨੂੰ ਬਲ ਮਿਲਿਆ। ਅਸੀਂ ਐਡ ਹੀ ਕੀਤਾ ਕਾਂਗਰਸ 'ਚ, ਕੋਈ ਘਟਾਇਆ ਤਾਂ ਨਹੀਂ, ਅਕਾਲੀ ਦਲ 'ਚ ਘਟਿਆ। ਇੱਕ ਗੱਲ ਦੱਸੋ ਨਿੱਜੀ ਤੌਰ 'ਤੇ, ਇਸ ਤਰੀਕੇ ਨਾਲ ਲੀਡਰ ਦੀ ਕ੍ਰੈਡਿਬਿਲਿਟੀ ਡਾਊਨ ਹੁੰਦੀ ਹੈ, ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਚਲੇ ਜਾਣਾ? ਨਾ ਮੇਰਾ ਨਹੀਂ ਖਿਆਲ 'ਚ, ਮੇਰਾ ਨਹੀਂ ਖਿਆਲ, ਬੰਦੇ ਬੰਦੇ 'ਤੇ ਡਿਪੈਂਡ ਕਰਦਾ।